ਹਰਿਆਣੇ ਨੇ ਅਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ। ਛੋਟੇ ਵੱਡੇ ਭਾਈ ਆਪਾਂ ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ, ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ, ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ, ਮੌਕਾ ਦਿੱਤਾ, ਕਈ ਵਾਰੀ ਵਾਰ ਵਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਗਏ ਹੋਣਗੇ ਪੰਜ ਸਾਲਾਂ ਬਾਅਦ, ਗੱਲ ਨਹੀਂ ਬਣੀ। ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ, ਕਈ ਵਾਰੀ ਭਾਜਪਾ ਨੂੰ ਮੌਕਾ ਦਿੱਤਾ, ਕਈ ਵਾਰੀ ਇਨੈਲੋ ਨੂੰ ਮੌਕਾ ਦਿੱਤਾ, ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਗਏ ਹੋਣ, ਗੱਲ ਨਹੀਂ ਬਣੀ। ਸੋ ਆਪਣਾ ਤਾਂ ਸਾਰਾ ਕੁਝ ਸਾਂਝਾ। ਉਹ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 'ਚ ਇੱਕ ਮੌਕਾ ਦਿੱਤਾ, 117 'ਚੋਂ 92। ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ, ਅੱਧੇ ਜੇਲ੍ਹ 'ਚ ਨੇ, ਅੱਧੇ ਜਾਣ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ, ਜੋ ਲੋਕਾਂ ਦਾ ਖੂਨ ਨਿਚੋੜਿਆ, ਉਹਦਾ ਹਿਸਾਬ ਲੈ ਰਿਹਾ ਮੈਂ। ਹਰ ਦੂਜੇ ਤੀਜੇ ਦਿਨ ਪੜ੍ਹਦੇ ਹੋਵੋਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ, ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ, ਵਿਆਜ ਸਮੇਤ ਵਾਪਸ ਕਰਵਾਊਂਗਾ ਮੈਂ, ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਊਂਗਾ, ਪੰਜਾਬ ਦੇ ਖਜ਼ਾਨੇ 'ਚ। ਹਰਿਆਣੇ ਨੇ ਅਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ। ਛੋਟੇ ਵੱਡੇ ਭਾਈ ਆਪਾਂ ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ, ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ, ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ, ਮੌਕਾ ਦਿੱਤਾ, ਕਈ ਵਾਰੀ ਵਾਰ ਵਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਗਏ ਹੋਣਗੇ ਪੰਜ ਸਾਲਾਂ ਬਾਅਦ, ਗੱਲ ਨਹੀਂ ਬਣੀ। ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ, ਕਈ ਵਾਰੀ ਭਾਜਪਾ ਨੂੰ ਮੌਕਾ ਦਿੱਤਾ, ਕਈ ਵਾਰੀ ਇਨੈਲੋ ਨੂੰ ਮੌਕਾ ਦਿੱਤਾ, ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਗਏ ਹੋਣ, ਗੱਲ ਨਹੀਂ ਬਣੀ। ਸੋ ਆਪਣਾ ਤਾਂ ਸਾਰਾ ਕੁਝ ਸਾਂਝਾ। ਉਹ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 'ਚ ਇੱਕ ਮੌਕਾ ਦਿੱਤਾ, 117 'ਚੋਂ 92। ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ, ਅੱਧੇ ਜੇਲ੍ਹ 'ਚ ਨੇ, ਅੱਧੇ ਜਾਣ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ, ਜੋ ਲੋਕਾਂ ਦਾ ਖੂਨ ਨਿਚੋੜਿਆ, ਉਹਦਾ ਹਿਸਾਬ ਲੈ ਰਿਹਾ ਮੈਂ। ਹਰ ਦੂਜੇ ਤੀਜੇ ਦਿਨ ਪੜ੍ਹਦੇ ਹੋਵੋਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ, ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ, ਵਿਆਜ ਸਮੇਤ ਵਾਪਸ ਕਰਵਾਊਂਗਾ ਮੈਂ, ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਊਂਗਾ, ਪੰਜਾਬ ਦੇ ਖਜ਼ਾਨੇ 'ਚ।